ਇਸ ਸਮੇਂ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਨਿਊਜ਼ ਚੈਨਲ 'ਤੇ ਇੱਕ ਖਬਰ ਚੱਲ ਰਹੀ ਆ ਕਿ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਦੀ ਸਿਆਸਤ ਦੇ ਵਿੱਚ ਐਂਟਰੀ ਅਤੇ ਅੱਗੇ ਲੱਗਿਆ ਹੋਇਆ ਕੁਐਸਚਨ ਮਾਰਕ ਅਤੇ ਨਿਊਜ਼ ਚੈਨਲ 'ਤੇ ਵੀ ਇਹ ਖਬਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ। ਕਾਂਗਰਸ ਪਾਰਟੀ ਬਣਾ ਸਕਦੀ ਹੈ ਉਮੀਦਵਾਰ, ਬਠਿੰਡਾ ਸੀਟ ਤੋਂ ਲੜ ਸਕਦੇ ਨੇ ਲੋਕ ਸਭਾ ਚੋਣਾਂ, ਪਰ ਅੱਲੇ ਇਹ ਕਨਫਰਮ ਨਹੀਂ ਹੋਇਆ। ਬਟ ਖਬਰਾਂ ਚੱਲ ਰਹੀਆਂ ਨੇ ਟੀ ਵੀ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ। ਇਹਨਾਂ ਦੇ ਬਾਰੇ ਤੁਸੀਂ ਕਹਿਣਾ ਚਾਹੋਗੇ? ਬਾਕੀ ਆਪਣੇ ਵਿਚਾਰ ਜੋ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ। ਕੁਝ ਲੋਕ ਇਸ ਡਿਸੀਜ਼ਨ ਨੂੰ ਸਹੀ ਵੀ ਕਹਿਣਗੇ ਅਤੇ ਕੁਝ ਲੋਕ ਗਲਤ ਵੀ ਕਹਿਣਗੇ, ਜਿਵੇਂ ਸਿੱਧੂ ਮੂਸੇਵਾਲ ਨੂੰ ਕਿਹਾ ਸੀ। ਜੇਕਰ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਇਹ ਡਿਸੀਜ਼ਨ ਲੈਂਦੇ ਹਨ ਤਾਂ ਕੁਝ ਸੋਚ ਸਮਝ ਕੇ ਹੀ ਲੈਣਗੇ, ਕਿਉਂਕਿ ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਤਜੁਰਬਾ ਆ, ਜ਼ਿਆਦਾ ਨੌਲੇਜ ਆ। ਅਤੇ ਜੇਕਰ ਬਠਿੰਡੇ ਤੋਂ ਸੀਟ ਮਿਲਦੀ ਆ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਨੂੰ ਤਾਂ ਸਿੱਧੂ ਮੂਸੇਵਾਲ ਦੇ ਫੈਨਸ ਦਾ ਪੂਰਾ ਸਮਰਥਨ ਆ। ਬਾਕੀ ਬਠਿੰਡੇ ਵਾਲਿਆਂ ਨੂੰ ਵੀ ਬੇਨਤੀ ਆ, ਪਹਿਲਾਂ ਤਾਂ ਮਾਨਸੇ ਵਾਲਿਆਂ ਨੇ ਗਲਤੀ ਕਰਤੀ, ਪਰ ਹੁਣ ਤੁਸੀਂ ਗਲਤੀ ਨਹੀਂ ਕਰਨੀ ਆ, ਸਿੱਧੂ ਮੂਸੇਵਾਲੇ ਫਾਦਰ ਸਾਹਿਬ ਨੂੰ ਉੱਥੋਂ ਜਿਤਾਉਣਾ ਆ। ਧੰਨਵਾਦ।